ਵਟਸਐਪ ਹੋ ਜੀ, ਕਿਵੇਂ ਹੋ, ਕੀ ਹਾਲ ਚਾਲ? ਅੱਜ ਫੋਰ ਦਾ ਵੈਰੀ ਫਸਟ ਟਾਈਮ ਮੈਂ ਕਰਨ ਰੰਧਾਵੇ ਬਾਈ ਦੇ ਕਿਸੇ ਗਾਣੇ 'ਤੇ ਰਿਐਕਟ ਕਰਨ ਲੱਗਾ। ਓਨੈਸਟਲੀ ਮੈਂ ਬਾਈ ਦੇ ਗਾਣੇ ਕਦੇ ਪੂਰੇ ਪੂਰੇ ਸੁਣੇ ਵੀ ਨਹੀਂ ਹੋਣੇ ਅੱਜ ਤੱਕ, ਕਿਉਂਕਿ ਬਾਈ ਦੇ ਗਾਣੇ ਨਾ ਥੋੜ੍ਹੇ ਜਿਹੇ ਜ਼ਿਆਦਾ ਆਸ਼ਕੀ ਵਾਲੇ ਹੁੰਦੇ ਆ। ਰੀਲਾਂ ਰੁੱਲਾਂ 'ਤੇ ਸੁਣੇ ਹੋਣਗੇ, ਮਤਲਬ ਕਦੇ ਪਰਸਨਲੀ ਜਾ ਕੇ ਬਾਈ ਨੂੰ ਸਰਚ ਨਹੀਂ ਕੀਤਾ ਅਤੇ ਬਾਈ ਦੇ ਗਾਣੇ ਨੂੰ ਸੁਣੇ। ਬੋਹੀਮੀਆ ਨਾਲ ਬਾਈ ਦਾ ਗਾਣਾ ਆਇਆ, ਮੇਨ ਰੀਜ਼ਨ ਆਈ ਥਿੰਕ ਬੋਹੀਮੀਆ ਹੀ ਆ ਜਿਹਦੇ ਕਰਕੇ ਮੈਂ ਰਿਐਕਟ ਕਰਨ ਲੱਗਿਆ ਹਾਂ। ਸੋ ਗੀਤ MP3 ਤੇ ਆਇਆ, ਬੇਸਿਕਲੀ ਬਾਈ ਦੀ ਐਲਬਮ ਆਈ ਆ ਲਵਰ ਬੋਏ ਨਾਮ 'ਤੇ। ਸੋ ਬਾਈ ਦੀ ਐਲਬਮ ਨੂੰ ਜ਼ਰੂਰ ਜਾ ਕੇ ਸੁਣੋ, ਪਿਆਰ ਕਰੋ। ਅਤੇ ਬਾਈ ਨੇ ਬੋਹੀਮੀਆ ਨੂੰ ਫੀਚਰ ਕੀਤਾ ਗਾਣੇ ਦੇ ਵਿੱਚ। ਆ ਜਾਓ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਗਾਣਾ ਸੁਣਦੇ ਹਾਂ। ਰੈਪਰ ਬੋਹੀਮੀਆ ਨੇ ਮਿਊਜ਼ਿਕ ਪ੍ਰੋਡਕਸ਼ਨ ਆ ਜੀ ਗੀਤ ਦੀ, ਅਤੇ ਡਾਇਰੈਕਟਰ ਆ ਸਤੀ ਢਿੱਲੋਂ। ਲੈਟਸ ਗੋ, ਦੇਖਦੇ ਹਾਂ ਕੀ ਵੀਡੀਓ ਆ ਅਤੇ ਕੀ ਗਾਣਾ ਆ। USD ਅਮੈਰੀਕਨ ਡਾਲਰ ਹੈ। ਯਾਰ ਬਾਈ ਦੀ ਆਵਾਜ਼ ਕਿੱਡੀ ਆ ਨਾ ਘੈਂਟ ਆ, ਮਤਲਬ ਵਿਜ਼ੂਅਲੀ ਵੀ ਵੀਡੀਓ ਕਿੱਡੀ ਸਰਾ ਲੱਗ ਰਹੀ ਹੈ। ਐਂਡ ਸਪੈਸ਼ਲੀ ਜਿਹੜੇ ਹੁੱਕ ਸਟੈਪ ਕੀਤੇ ਗਏ, ਡਾਂਸ ਸਟੈਪ ਕੀਤੇ ਗਏ ਆ, ਚਾਰ ਚੰਨ ਲਾ ਰਿਹਾ ਨਾ ਵੀਡੀਓ ਨੂੰ, ਕੂਲ ਆ ਕਨਸੈਪਟ ਯਾਰ ਵੀਡੀਓ ਦਾ। ਬਸ ਆਹ ਰੈਗੂਲਰ ਆ ਥੋੜ੍ਹਾ ਸੀਨ। ਕਿਆ ਬਾਤ ਹੈ, ਬੁਰਾ ਹਾਲ ਹੋ ਗਿਆ, ਕਾਹਦਾ ਹੈ ਪਿਆਰ ਹੋ ਗਿਆ, ਹਾਏ ਓਏ ਬੁਰਾ ਹਾਲ ਹੋ ਗਿਆ। ਸੈਕਿੰਡ ਜਸ ਮਾਨ ਕਹਿੰਦਾ ਵੀ ਯਾਰ ਘੈਂਟ ਆ ਬਾਈ ਦਾ ਕੰਮ। ਰੂਬੀਕੌਨ ਕ੍ਰੇਜ਼ੀ ਸ਼ਾਟ ਬ੍ਰਦਰ। ਹਾਏ ਓਏ ਬੁਰਾ ਹਾਲ ਹੋ ਗਿਆ, ਕਾਹਦਾ ਹੈ ਪਿਆਰ ਹੋ ਗਿਆ, ਹਾਏ ਓਏ ਬੁਰਾ ਹਾਲ ਹੋ ਗਿਆ। ਮੈਂ ਬੋਹੀਮੀਆ ਕਿੱਥੋਂ ਲਏ ਸ਼ੇਡ ਜਿਹੜੇ ਅੱਖਾਂ ਤੇ ਲਗਾਏ ਹੋਏ, ਕਿੱਥੋਂ ਲਏ ਹੈੱਡਫੋਨਸ ਕੰਨਾਂ 'ਚ ਜੋ ਪਾਏ ਹੋਏ, ਉਹਦਾ ਘਰ ਦੇ ਬਹਾਨੇ ਪਰ ਮੁੰਡੇ ਤੇਰੇ ਪਿੱਛੇ ਲੱਗੇ ਜਿੰਨੇ ਇੱਥੇ ਆਏ ਹੋਏ, ਓਹੋ ਗੁੜੇ ਤੇ ਜ਼ੁਲਫਾਂ ਤੇ ਨਾਕ ਜਿਹੜੇ ਛਾਏ ਹੋਏ, ਮੁੰਡਿਆਂ ਦੇ ਹੱਥ ਹਥਿਆਰ ਬਣਾਏ ਹੋਏ, ਜਿੰਨੇ ਜਿੰਨੇ ਵੀ ਬਟੋਰੇ ਮੁੰਡੇ ਨੋਟ ਲੁਟਾਨ ਸਾਰੇ ਤੇਰੇ ਤੇ ਕਮਾਏ ਹੋਏ। ਸਹੀ ਹੈ, ਕਿੰਨੀ ਸਿੰਪਲ ਤੂੰ ਮੈਂ ਜਿਵੇਂ ਸਨੀ ਡਿੰਪਲ ਤੂੰ ਸੋਹਣੀ ਆਪੇ ਬ੍ਰੈਂਡ ਨੇਮ, ਕਿੰਨੀ ਸਿੰਪਲ ਤੂੰ ਮੈਂ ਜਿਵੇਂ ਸਨੀ ਡਿੰਪਲ ਤੂੰ। ਕਿਹੜੀ ਸਨੀ ਤੇ ਡਿੰਪਲ ਦੀ ਐਗਜ਼ਾਮਪਲ ਦਿੱਤੀ ਗਈ ਹੈ? ਆਈ ਡੋਨਟ ਨੋ। ਸ਼ਾਊਟ ਆਊਟ ਟੂ ਮਾਈਕਲ।
ਜ਼ਿਆਦਾ ਆਸ਼ਿਕ ਹੋਇਆ ਮੈਂ ਖੱਜਲ ਖਵਾਰ ਹੋ ਗਿਆ ਹਾਏ ਓਏ ਕੰਪੋਜੀਸ਼ਨ ਯਾਰ ਕ੍ਰੇਜ਼ੀ ਮੈਨ ਕ੍ਰੇਜ਼ੀ ਵਿਜ਼ੂਅਲੀ ਲਿਰਿਕਲੀ ਕੰਪੋ ਗਾਣੇ ਦੀ ਔਨ ਟੌਪ ਸੀਗੀ ਐਂਡ ਬੋਹੀਮੀਆ ਭਾਈ ਤੁਹਾਨੂੰ ਪਤਾ ਹੀ ਆ ਉਹਦੇ ਕਈ ਚਾਰ ਸ਼ਬਦ ਹੀ ਬਹੁਤ ਹੁੰਦੇ ਹਨ ਫਿਰ ਵੀ ਪ੍ਰੋਪਰ ਵਰਸ ਕਰਕੇ ਗਏ ਆ ਭਾਅ ਜੀ ਗਾਣੇ 'ਚ ਅਤੇ ਇੱਕ ਬਹੁਤ ਹੀ ਘੈਂਟ ਪ੍ਰੋਜੈਕਟ ਬਣ ਗਿਆ ਇੱਕ ਬੜੀ ਘੈਂਟ ਚੀਜ਼ ਬਣ ਗਈ ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਇੱਦਾਂ ਦੇ ਗਾਣਿਆਂ ਦਾ ਸੀਨ ਥੋੜ੍ਹਾ ਜਿਹਾ ਕਿਤੇ ਮੈਨੂੰ ਲੱਗਦਾ ਬਾਕੀ ਬਾਈ ਵਰਗਿਆਂ ਦਾ ਹੈ ਨਾ ਇੱਕ ਆਪਦਾ ਇੱਕ ਜੌਨਰਾ ਸੈੱਟ ਕੀਤਾ ਹੋਇਆ ਇੱਕ ਆਪਦੀ ਔਡੀਅੰਸ ਸੈੱਟ ਕੀਤੀ ਹੋਈ ਹੈ ਕਿਉਂਕਿ ਬਾਈ ਵਰਗੇ ਪੰਜਾਬ ਤੋਂ ਬਾਹਰ ਜ਼ਿਆਦਾ ਚੱਲਦੇ ਆ ਪੰਜਾਬ ਦੇ ਵਿੱਚ ਪੰਜਾਬੀ ਵੀ ਸੁਣਦੇ ਆ ਬਟ ਪੰਜਾਬ ਤੋਂ ਬਾਹਰ ਕਾਫੀ ਨਾਮ ਇਹਨਾਂ ਦਾ ਚੱਲਦਾ ਹੈ ਨਾ ਸੋ ਇੱਦਾਂ ਦੇ ਗਾਣੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਪਰਸਨਲੀ ਕਿ ਇੱਦਾਂ ਦੇ ਗਾਣੇ ਨਾ ਥੋੜ੍ਹੇ ਅੱਜ ਕੱਲ੍ਹ ਘੱਟ ਲੋਕ ਪਸੰਦ ਕਰਦੇ ਬਟ ਲੰਬੇ ਚੱਲਣ ਵਾਲੇ ਗਾਣੇ ਹੁੰਦੇ ਆ ਇੱਦਾਂ ਦੇ ਵੀ ਇੱਕ ਤਾਂ ਹੁੰਦੇ ਆ ਖੜਕੇ ਧੜਕੇ ਵਾਲੇ ਗਾਣੇ ਤੁਸੀਂ ਇੱਕ ਵਾਰੀ ਸੁਣੋਗੇ ਦੋ ਵਾਰੀ ਸੁਣੋਗੇ ਚਾਰ ਵਾਰੀ ਉਦੋਂ ਮੁੜ ਕੇ ਤੁਸੀਂ ਸੁਣਨੋਂ ਬੰਦ ਕਰ ਦੋਗੇ ਸੋ ਗਾਣਾ ਬਹੁਤ ਘੈਂਟ ਲੱਗਿਆ ਯਾਰ ਮੈਨੂੰ ਪਰਸਨਲ ਓਪੀਨੀਅਨ ਆ ਕਿ ਗਾਣਾ ਮੈਨੂੰ ਬਹੁਤ ਸਾਰਾ ਲੱਗਿਆ ਮੈਂ ਫੋਰ ਦਾ ਫਸਟ ਟਾਈਮ ਬਾਈ ਦਾ ਵੀ ਫੁੱਲ ਗਾਣਾ ਸੁਣਿਆ ਐਂਡ ਸਵਾਦ ਆ ਗਿਆ ਬਾਈ ਦੀ ਵੋਕਲ ਬੜੀ ਘੈਂਟ ਆ ਬੜੀ ਪਿਆਰੀ ਜੀ ਵੋਕਲ ਆ ਜਿੱਦਾਂ ਦੀ ਬਾਈ ਦੀ ਪਰਸਨੈਲਿਟੀ ਆ ਸੋ ਗਾਣਾ ਘੈਂਟ ਸੀਗਾ ਬਾਕੀ ਤੁਹਾਡੇ ਕੀ ਓਪੀਨੀਅਨ ਆ ਲੈ ਕੇ ਬਾਕੀ ਤੁਸੀਂ ਦੱਸੋ ਇਸ ਐਲਬਮ 'ਚੋਂ ਕਿਸੇ ਹੋਰ ਗਾਣੇ 'ਤੇ ਵੀ ਰਿਐਕਸ਼ਨ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਮਿਲਦੇ ਹਾਂ ਆਪਾਂ ਜੇ ਜਲਦੀ ਮਿਲਣਾ ਆਇਆ ਤਾਂ ਇੰਸਟਾ ਉਸਟਾ 'ਤੇ ਆ ਜਾਇਆ ਕਰੋ ਮਿਲਦੇ ਹਾਂ।